ਸ਼੍ਰੀ ਖਾਟੂ ਸ਼ਾਮ ਤੋਂ ਵਾਪਿਸ ਆ ਰਹੇ ਇੱਕ ਪਰਿਵਾਰ ਦੇ ਨਾਲ ਭਿਆਨਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਪਤੀ ਪਤਨੀ ਸਮੇਤ ਬੇਟੀ ਦੀ ਮੌਤ ਹੋ ਗਈ ਹੈ। ਦਰਅਸਲ ਇੱਕ ਖੜੇ ਟਰੱਕ ਦੇ ਨਾਲ ਉਹਨਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਪਤੀ ਪਤਨੀ ਦੋਵੇਂ ਹੀ ਹਰਿਆਣਾ ਪੁਲਿਸ ਦੇ ਵਿੱਚ ਬਤੌਰ SI ਤੈਨਾਤ ਸੀ। ਪਤੀ ਦੀ ਹਾਲ ਹੀ ਦੇ ਵਿੱਚ ਰਿਟਾਇਰਮੈਂਟ ਹੋਈ ਹੈ ਅਤੇ ਪਤਨੀ ਜੋ ਹੈ ਉਹ SI ਵਜੋਂ ਹਰਿਆਣਾ ਪੁਲਿਸ ਦੇ ਵਿੱਚ ਸੇਵਾਵਾਂ ਨਿਭਾ ਰਹੀ ਸੀ ਅਤੇ ਬੇਟੀ ਵੀ ਉਹਨਾਂ ਦੇ ਨਾਲ ਖਾਟੂ ਸ਼ਾਮ ਦੇ ਦਰਸ਼ਨਾਂ ਦੇ ਲਈ ਗਈ ਸੀ ਅਤੇ ਜਦੋਂ ਵਾਪਸੀ ਕਰ ਰਹੇ ਸੀ ਤਾਂ ਕੈਥਲ ਦੇ ਕੋਲ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਤੇਜ਼ ਮੀਂਹ ਦੇ ਵਿੱਚ ਕਿਹਾ ਜਾ ਰਿਹਾ ਕਿ ਹਾਦਸਾ ਵਾਪਰਿਆ, ਜਿਸ ਦੇ ਵਿੱਚ ਗੱਡੀ ਦੇ ਵੀ ਪਰ ਖੱਚੇ ਉੱਡ ਗਏ ਨੇ। ਹਾਲਾਂਕਿ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਦੇ ਵੱਲੋਂ ਜਦੋਂ ਉਹਨਾਂ ਨੂੰ ਕਾਰ ਦੇ ਵਿੱਚੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਉਦੋਂ ਤੱਕ ਕਿਹਾ ਜਾ ਰਿਹਾ ਕਿ ਤਿੰਨਾਂ ਦੀ ਹੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਪੰਚਕੂਲਾ ਦਾ ਇਹ ਰਹਿਣ ਵਾਲਾ ਪਰਿਵਾਰ ਦੱਸਿਆ ਜਾ ਰਿਹਾ ਜਿਸਦੀ ਕਿ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਤਾਂ ਪਤੀ ਪਤਨੀ ਸਮੇਤ ਇੱਕ ਬੇਟੀ ਦੀ ਜਾਨ ਚਲੀ ਗਈ ਹੈ। ਪਤੀ ਪਤਨੀ ਦੋਵੇਂ ਹੀ ਹਰਿਆਣਾ ਪੁਲਿਸ ਦੇ ਵਿੱਚ ਸੇਵਾਵਾਂ ਨਿਭਾ ਰਹੇ ਸੀ ਅਤੇ ਪਤੀ ਦੀ ਹਾਲ ਹੀ ਦੇ ਵਿੱਚ ਰਿਟਾਇਰਮੈਂਟ ਹੋਈ ਸੀ ਅਤੇ ਜਦਕਿ ਪਤਨੀ ਜੋ ਹੈ SI ਵਜੋਂ ਪੰਚਕੂਲਾ ਦੇ ਵਿੱਚ ਡਿਊਟੀ ਦੇ ਉੱਤੇ ਤੈਨਾਤ ਸੀ। ਪਰ ਅਚਾਨਕ ਹੀ ਰਾਤ ਨੂੰ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ। ਤਾਂ ਦੱਸ ਦਈਏ ਕਿ ਕੈਥਲ ਤੋਂ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਪਰਿਵਾਰ ਜੋ ਕਿ ਖਾਟੂ ਸ਼ਾਮ ਤੋਂ ਵਾਪਿਸ ਆ ਰਿਹਾ ਸੀ ਆਪਣੀ ਕਾਰ ਦੇ ਵਿੱਚ, ਤੇਜ਼ ਮੀਂਹ ਪੈ ਰਿਹਾ ਸੀ ਪਰ ਅਚਾਨਕ ਹੀ ਉਹਨਾਂ ਦੀ ਕਾਰ ਦੀ ਟੱਕਰ ਇੱਕ ਟਰੱਕ ਦੇ ਨਾਲ ਹੋ ਜਾਂਦੀ ਹੈ, ਤਾਂ ਜਿਸ ਦੇ ਵਿੱਚ ਪਰਿਵਾਰ ਦੇ ਤਿੰਨਾਂ ਜੀਆਂ ਦੀ ਮੌਤ ਹੋ ਗਈ ਹੈ। ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਜੋ ਹੈ ਬੁਰੇ ਤਰੀਕੇ ਦੇ ਨਾਲ ਭੰਨੀ ਗਈ ਹੈ। ਫਿਲਹਾਲ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਬੀਤੀ ਰਾਤ ਤੋਂ ਕਈ ਥਾਵਾਂ ਦੇ ਉੱਤੇ ਭਾਰੀ ਬਰਸਾਤ ਹੋ ਰਹੀ ਹੈ ਅਤੇ ਬਰਸਾਤ ਦੇ ਵਿੱਚ ਹੀ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਹਾਲਾਂਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਮੰਦਭਾਗੀ ਖਬਰ ਹੈ ਕਿ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਪੰਚਕੂਲਾ ਦਾ ਇਹ ਰਹਿਣ ਵਾਲਾ ਪਰਿਵਾਰ ਦੱਸਿਆ ਜਾ ਰਿਹਾ ਹੈ ਪਤੀ ਪਤਨੀ ਦੋਵੇਂ ਹੀ ਹਰਿਆਣਾ ਪੁਲਿਸ ਦੇ ਵਿੱਚ ਬਤੌਰ SI ਤੈਨਾਤ ਸੀ ਅਤੇ ਪਤੀ ਦੀ ਹਾਲ ਹੀ ਦੇ ਵਿੱਚ ਰਿਟਾਇਰਮੈਂਟ ਹੋਈ ਸੀ। ਹਮੇ ਫੋਨ ਦੁਆਰਾ ਸੂਚਨਾ ਮਿਲੀ ਸੀ ਕਿ 52D ਪਰ 152 D ਪਰ ਇੱਕ ਕਾਲੇ ਕੇ ਪਿੱਛੇ ਗਾਡੀ ਟਕਰਾ ਗਈ। ਤੋ ਹਮ ਮੌਕਾ ਪਹੁੰਚੇ, ਮੌਕਾ ਪਾ ਕੇ ਦੇਖਾ ਗਾਡੀ ਕੇ ਅੰਦਰ 3 ਲੋਕ ਸਵਾਰ ਥੇ, ਇੱਕ ਜੈਂਟਸ ਥਾ ਔਰ ਦੋ ਲੜਕੇ ਦੋ ਲੇਡੀਜ਼ ਥੇ। ਜਦੋਂ ਇੱਕ ਜੈਂਟਸ ਔਰ ਲੇਡੀਜ਼ ਹਮਾਰੀ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਮੇ ਸਰਵਿਸ ਕਰਤੇ ਥੇ। ਤੋ ਮੌਕੇ ਪੇ ਆ ਕੇ ਦੇਖਾ ਤੋ ਤਿੰਨੋਂ ਡੈਡ ਥੇ, ਉਨਕੋ ਨਿਕਾਲ ਕੇ ਐਂਬੂਲੈਂਸ ਕੇ ਮਾਧਿਅਮ ਸੇ ਸਰਕਾਰੀ ਹਸਪਤਾਲ ਕੈਥਲ ਭੇਜਾ ਗਿਆ। ਗਾਡੀ ਕਹਾਂ ਕੇ ਲੋਕ ਹੈਂ, ਕਹਾਂ ਆ ਰਹੇ ਥੇ, ਕਹਾਂ ਜਾ ਰਹੇ? ਗਾਡੀ ਖਾਟੂ ਸ਼ਾਮ ਸੇ ਮੱਥਾ ਟੇਕ ਕੇ ਆਏ ਥੇ ਔਰ ਯੇ ਪੰਚਕੂਲਾ ਕੇ ਰਹਿਣੇ ਵਾਲੇ ਹੈਂ। ਜੋ ਲੇਡੀਜ਼ ਹੈ ਇੱਕ ਉਰਮਿਲਾ, ਵੋ ਪੰਚਕੂਲਾ ਮੇ ASI ਹੈ, ਪੋਸਟਡ ਹੈ, ਜੋ ਅਭੀ ਨੌਕਰੀ ਕਰਤੀ ਹੈ। ਔਰ ਉਨਕਾ ਪਤੀ ਹੈ ਜੋ ਮਨੋਜ ਕੁਮਾਰ ਜੀ, ਵੋ ਰਿਟਾਇਰਡ ਹੁਆ ਥਾ, ਵੋ ਪੁਲਿਸ ਅਫਸਰ ਹੈ। ਕਿਤਨੇ ਵਜੇ ਘਟਨਾ ਹੈ? ਯੇ ਕਰੀਬ 6:15 ਵਜੇ ਕੀ ਘਟਨਾ ਹੈ। ਤੋ ਅਭੀ ਨਿਕਾਲ ਕੇ ਇਨਕੋ ਹੋਸਪਿਟਲ ਮੇ ਸ਼ਿਫਟ ਕੀਆ।